ਜਲੰਧਰ ਦਾ ਡੀਸੀ ਦਫਤਰ ਜੰਗ ਦਾ ਮੈਦਾਨ ਬਣ ਗਿਆ। ਜੰਗ ਪਤੀ ਪਤਨੀ ਦੇ ਵਿੱਚ ਚੱਪਲਾਂ ਚੱਲਣ ਲੱਗ ਪਈਆਂ। ਦਰਅਸਲ ਪਤੀ ਡੀਸੀ ਦਫਤਰ ਦੀ ਇੱਕ ਬ੍ਰਾਂਚ ਦੇ ਵਿੱਚ ਲੱਗਾ ਹੋਇਆ ਸੀ। ਉਸਨੇ ਆਪਣੀ ਪਤਨੀ ਦੇ ਨਾਲ ਉਸਦਾ ਪੁਰਾਣਾ ਵਿਵਾਦ ਚੱਲ ਰਿਹਾ ਸੀ। ਬਸ ਫਿਰ ਕੀ ਸੀ, ਅੱਜ ਪਤਨੀ ਦਫਤਰ ਪਹੁੰਚ ਗਈ ਅਤੇ ਪਤੀ 'ਤੇ ਇਲਜ਼ਾਮ ਲੱਗ ਪਈ ਕਿ ਉਹ ਉਸ 'ਤੇ ਬਿਨਾਂ ਤਲਾਕ ਦਿੱਤੇ ਕਿਸੇ ਹੋਰ ਨਾਲ ਰਹਿਣਾ ਚਾਹੁੰਦਾ। ਬਸ ਇਸੇ ਗੱਲ ਤੋਂ ਵੋਟੀ ਵਿਟਰ ਗਏ ਅਤੇ ਦੋਵਾਂ ਦੇ ਵਿੱਚ ਮਾਰ ਕੁਟਾਈ ਸ਼ੁਰੂ ਹੋ ਗਈ। ਤੁਸੀਂ ਆਪ ਹੀ ਦੇਖ ਲਵੋ, ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵੀਡੀਓ। ਬਿਊਰੋ ਰਿਪੋਰਟ, ਦੈਨਿਕ ਮੇਲ, ਪੰਜਾਬੀ ਟੀਵੀ, ਜਲੰਧਰ। ਮੇਰੇ ਨਾਲ ਵਿਆਹ ਕਰਾ ਕੇ ਤੂੰ ਮੈਨੂੰ ਛੱਡੇਗਾ? ਛੱਡੇਗਾ ਤੂੰ ਮੈਨੂੰ?